ਵਿਦਿਆ ਜਿਹੜੀ ਆ ਦਾਸ ਕਹੀ ਦਾ ਕਹਿੰਦਾ ਇੱਕ ਤੇ ਪੜ੍ਹਾਈ ਆ ਇੱਕ ਵਿਦਿਆ ਆ ਪੜ੍ਹਾਈ ਸਿਰਫ ਤੁਸੀਂ ਇਹ ਆ ਕਿ ਕਿਸੇ ਚੀਜ਼ ਦਾ ਉਹਦਾ ਏ ਬੀ ਸੀ ਸਿੱਖਣੀ ਕੂੜਾ ਸਿੱਖਣਾ ਲਰਨਿੰਗ ਆਫ ਐਨੀ ਆਈ ਮੈਥਡ ਸਿੱਖਣੀ ਉਹਦਾ ਜਸਟ ਆਪਣੇ ਪੈਸੇ ਕਮਾਉਣ ਵਾਸਤੇ ਦੂਸਰੇ ਕਰਨ ਵਾਸਤੇ ਸੈਲਫਿਸ਼ਨੈਸ ਵਾਸਤੇ ਕਿਸ ਤਰ੍ਹਾਂ ਕਿ ਬੰਦੇ ਨੇ ਮੈਂ ਅੱਗੇ ਚੜ੍ਹਾਂ ਦੂਸਰੇ ਨੂੰ ਇਹ ਪਰ ਨੁਕਸਾਨ ਦੇ ਕੇ ਵੀ ਤਾਂ ਇਹ ਪੜ੍ਹਾਈ ਵਾਲਾ ਆਦਮੀ ਜਿਹੜਾ ਇਸ ਕਰਕੇ ਲਿਟਰੇਟ ਮੈਨ ਇਜ਼ ਮੋਸਟ ਸੋਫਿਸਟਿਕ ਐਂਡ ਡਫਰ ਐਂਡ ਗ੍ਰੀਡੀ ਅਗਰ ਇਹ ਇਹ ਪੜ੍ਹਾਈ ਤੇ ਬੜੀ ਬੜੀ ਉੱਚੀ ਲੈ ਜਾਂਦੀ ਹੈ ਮੇਰੀ ਪੜ੍ਹਾਈ ਜਿਹੜੀ ਹੈ ਇਹ ਕਹਿੰਦੇ ਨੇ ਨੋਬਲ ਪ੍ਰਾਈਜ ਵਿਨਰ ਵੀ ਬਣ ਕੇ ਉਹਦੇ ਚ ਕਾਮ ਕਰੋ ਲੋ ਮੰਕਾਰ ਨਹੀਂ ਚੱਲਦੇ ਮਗਰ ਇਹਦੇ ਨਾਲ ਅਗਰ ਪਰਮਾਤਮਾ ਦਾ ਨਾਂ ਲਿਆ ਜਾਏ ਅਗਰ ਸਪਿਰਚੁਅਲਿਟੀ ਜੋੜੀ ਜਾਏ ਤਾਂ ਵਿਦਿਆ ਬਣ ਜਾਂਦੀ ਹੈ ਸਪਿਰਚੁਅਲ ਐਜੂਕੇਸ਼ਨ ਸਪਿਰਚੁਅਲਾਈਜ਼ਡ ਐਜੂਕੇਸ਼ਨ ਕਹਿੰਦੇ ਨੇ ਵੈਲਿਊ ਬੇਸਡ ਐਜੂਕੇਸ਼ਨ ਉਹਦੇ ਵਿੱਚ ਇਹ ਹੈ ਕਿ ਤੁਹਾਡੇ ਚ ਉਹ ਗੁਣ ਪੜ੍ਹਾਈ ਤਾਂ ਜ਼ਰੂਰ ਨਾਲ ਹੁੰਦੀ ਹੈ ਨਾਲ ਜਿਸ ਤਰ੍ਹਾਂ ਓਲਡ ਪੁਰਾਣੇ ਗੁਰੂਕੁਲ ਹੁੰਦੇ ਸੀ ਉਹਦੇ ਵਿੱਚ ਤੁਹਾਨੂੰ ਆਪਣਾ ਸੈਲਫ ਕਰੈਕਟਰ ਨੂੰ ਚੈਨਲਾਈਜ਼ ਕਰਨਾ ਪੈਂਦਾ ਸੀ ਬਣਾਉਣਾ ਪੈਂਦਾ ਸੀ ਆਪਣੇ ਆਪ ਨੂੰ ਕੰਮ ਵੀ ਕਰਨਾ ਪੈਂਦਾ ਸੀ ਸਾਰਾ ਕੁਝ ਕਰਦਾ ਸੀ ਸੱਤ ਬਚਨੀ ਬਣਨਾ ਪੈਂਦਾ ਸੀ ਤੁਹਾਡੀ ਜ਼ੁਬਾਨ ਠੀਕ ਕੰਟਰੋਲ ਹੋਣੀ ਚਾਹੀਦੀ ਤੁਹਾਡਾ ਕਰੈਕਟਰ ਠੀਕ ਕੰਟਰੋਲ ਹੋਣਾ ਚਾਹੀਦਾ ਦੂਸਰਾ ਫੋਟੋ ਉਹ ਵਿਦਿਆ ਦੇ ਵਿੱਚ ਹੋ ਸਕਦਾ ਇਹ ਚੀਜ਼ਾਂ ਜਿਹੜੀਆਂ ਨੇ ਸਪਿਰਚੁਅਲ ਵੈਲਿਊ ਜਿਹੜੀਆਂ ਨੇ ਜਦੋਂ ਪਾਠ ਵੀ ਕਰਨਾ ਪਾਠ ਕਰਕੇ ਕੀ ਮਹਾਰਾਜ ਕਹਿੰਦੇ ਨੇ ਉਸਨੂੰ ਪਰਸੀਵ ਕਰਨਾ ਉਹਨੂੰ ਬਿਆਨ ਕਰਨਾ ਉਹ ਜੇ ਕਰੇਗਾ ਉਹ ਫਿਰ ਵਿਦਿਆ ਉਹ ਪੜ੍ਹੇਗਾ ਪੜ੍ਹਾਈ ਵੀ ਕਰੇਗਾ ਉਹ ਫਿਰ ਆਦਮੀ ਵਿਦਿਆ ਵਿੱਚ ਜਿਹੜਾ ਪੜ੍ਹ ਕਰਕੇ ਪੜ੍ਹ ਕੇ ਵਿਦਿਆ ਵਿਚਾਰੀ ਤਾਂ ਪਰਉਪਕਾਰੀ ਉਹ ਫਿਰ ਚੰਗੇ ਕੰਮ ਕਰੇਗਾ ਲੋਕਾਂ ਲਈ ਫਿਰ ਉਹਦੀ ਗਾਹ ਆਊਟਲੁੱਕ ਹੋਏਗੀ ਕਿ ਮੈਂ ਚੰਗੇ ਕੰਮ ਕਰਾਂਗਾ ਤੁਸੀਂ ਸੇਵਾ ਕਰਾਂਗਾ ਆਪਣੇ ਬਰਾਦਰ ਨਾਂ ਲਾਂਗਾ ਅਤੇ ਮੈਂ ਇਸ ਤੋਂ ਉੱਤੇ ਸਪਿਰਚੁਅਲ ਰਿਆਲਮ ਜਾਵਾਂਗਾ ਬ੍ਰਹਮ ਗਿਆਨੀ ਬਣਾਂਗਾ ਪਰਮਾਤਮਾ ਦੇ ਨੇੜੇ ਜਾਵਾਂਗਾ ਔਰ ਜੋ ਇਸ ਜੋ ਜਿਸ ਕਰਕੇ ਮੈਂ ਜਨਮ ਲਿਆ ਪਈ ਪ੍ਰਾਪਤ ਹੋ ਰਹੀ ਆ ਗੋਬਿੰਦ ਮਿਲਣ ਕੇ ਤੇ ਬਣੀ ਆ ਇਹ ਮੈਂ ਰਸਤੇ 'ਤੇ ਚੱਲਾਂਗਾ ਮੈਂ ਇਸ ਜਨਮ ਦੇ ਵਿੱਚ ਪਰਮਾਤਮਾ ਦੇ ਮੈਂ ਉਹ ਜਿਹੜੇ ਵੈਲਿਊਜ਼ ਨੇ ਡਿਵਾਈਨ ਵੈਲਿਊਜ਼ ਉਹ ਕਰਕੇ ਆਪਣਾ ਸਾਰਾ ਕੰਮ ਖੋਲੋ ਮੌਕਾ ਰੈਡੀਕੇਟ ਹੋ ਕੇ ਉਹਦੇ ਚ ਮਿਲਦੇ ਹੋ ਇਸ ਕਰਕੇ ਵਿਦਿਆ ਵਿਚਾਰੀ ਜਿਹੜੀ ਹੈ ਨਾ ਉਹ ਵਿਦਿਆ ਇਹ ਸਭ ਕੁਝ ਕਰ ਸਕਦੀ ਹੈ ਵਿਦਿਆ ਹੀ ਤੁਹਾਨੂੰ ਬ੍ਰਹਮ ਵਿਦਿਆ ਚ ਲਿਜਾ ਸਕਦੀ ਪੜ੍ਹਾਈ ਜਿਹੜੀ ਆ ਉਹ ਤੁਹਾਨੂੰ ਦੁਨੀਆ ਦੀਆਂ ਚੀਜ਼ਾਂ ਬਹੁਤ ਦੁਨੀਆਂ 'ਚ ਤੁਸੀਂ ਬਹੁਤ ਕੁਛ ਕਰ ਸਕਦੇ ਐਟਮ ਬੰਬ ਬਣਾ ਸਕਦੇ ਹੋ ਤੁਹਾਡੇ ਸਟਾਰ 'ਤੇ ਜਾ ਸਕਦੇ ਹੋ ਸਭ ਕੁਛ ਜਾ ਸਕਦੇ ਹੋ ਪਰ ਤੁਹਾਡੇ ਕੰਮ ਪ੍ਰੋਬਲਮ ਹੋ ਰਹੀ ਹੈ ਪੜ੍ਹਾਈ ਜਿਹੜੀ ਆ ਸਿਰਫ ਤੁਹਾਨੂੰ ਦੁਨਿਆਵੀ ਚੀਜ਼ਾਂ ਸਿਖਾਉਂਦੀ ਹੈ ਕਿਸ ਤਰ੍ਹਾਂ ਸਕਸੈਸ ਕਿਸ ਤਰ੍ਹਾਂ ਵੈਲਥ ਕਰਨੀ ਹੈ ਕਿਸ ਤਰ੍ਹਾਂ ਤੁਸੀਂ ਰਾਈਜ਼ ਕਰਨਾ ਇਹ ਮਤਲਬ ਇਸ ਲਈ ਦੌੜ ਲੱਗੀ ਕਿਸ ਤਰ੍ਹਾਂ ਤੁਸੀਂ ਇਹ ਹੋਣਾ ਇਹ ਹੋਣਾ ਇਸ ਕਰਕੇ ਉਹ ਬਾਕੀ ਚੀਜ਼ਾਂ ਛੱਡ ਦਿੰਦਾ ਬਾਕੀ ਵੈਲਿਊਜ਼ ਕਹਿੰਦਾ ਹੈਲ ਵਿਦ ਅਦਰ ਵੈਲਿਊਜ਼ ਮੈਨੂੰ ਤਾਂ ਮਿਹਨਤ ਤਾਂ ਚਾਹੀਦੀ ਹੈ ਮੈਂ ਤਾਂ ਇਹ ਬਣਨਾ ਉਹਦੇ ਵਾਸਤੇ ਇਹ ਵੀ ਹੈ ਈਵਨ ਆਈ ਮੀਨ ਸੇ ਨਸ਼ਾ ਵੀ ਖਾਣ ਲੱਗ ਪੈਂਦੇ ਨੇ ਅਤੇ ਨੀਂਦ ਨਾ ਆਵੇ ਮੈਂ ਪੜ੍ਹਾਂ ਕਈ ਉਹ ਮਤਲਬ ਉਹਦਾ ਏਮ ਜਿਹੜਾ ਹੁੰਦਾ ਉਹ ਮੈਟੀਰੀਅਲਿਸਟਿਕ ਹੁੰਦਾ ਜਦੋਂ ਏਮ ਮੈਟੀਰੀਅਲਿਸਟਿਕ ਆ ਉਦੋਂ ਤੁਹਾਨੂੰ ਰੱਬ ਨਹੀਂ ਯਾਦ ਆਵੇਗਾ ਉਦੋਂ ਪੜ੍ਹਾਈ ਯਾਦ ਆਏਗੀ ਤੁਸੀਂ ਤਾਂ ਰੇਸ ਲੱਗੇ ਹੋਏਗੀ ਤੁਸੀਂ ਅੱਗੇ ਜਾਣ ਵਾਸਤੇ ਬਾਈ ਹੋਕਾਰ ਬਾਈ ਗਰੁੱਪ ਮੈਂ ਕਿਉਂ ਇਸ ਕਰਕੇ ਪੜ੍ਹਾਈ ਦੇ ਵਿੱਚ ਉਹ ਆਦਮੀ ਦੁਨੀਆਦਾਰ ਬਣਦਾ ਸਾਰੇ ਕੰਮ ਕੋਲੋਂ ਮੌਕਾ ਹੁੰਦੇ ਨੇ ਉਹਦੀ ਵਿਸ਼ ਬੜੀ ਹੁੰਦੀ ਉੱਤੇ ਹੁੰਦੀ ਹੈ ਚੜ੍ਹਦੀ ਮੈਂ ਮੈਟੀਰੀਅਲ ਗੇਨ ਕਰਾਂ ਮੈਂ ਇਹ ਕਰਾਂ ਪੈਸੇ ਕਮਾਵਾਂ ਇਹ
ਵਿਦਿਆ ਵਾਲੇ ਆਦਮੀ ਚ ਇਹ ਨਹੀਂ ਹੁੰਦਾ।